ਸਤਿਰਾ ਸ੍ਰੀ ਵਾਹਿਗੁਰੂ ਸਾਹਿਬ ਜੀਓ ਹਮਸਾਰ ਦੀਨ ਦਇਆਲ ਨ ਤੁਮ ਸਰ ਅਬ ਪਥਿਆਰ ਕੀ ਕੀਜੈ ਬਚਨੀ ਤੋਰ ਮੂਰ ਮਨ ਮਾਨੇ ਜਨ ਕੋ ਪੂਰਨ ਦੀਜੈ ਹਉ ਬਲ ਬਲ ਜਾਉ ਰਮਈਆ ਕਾਰਨੇ ਕਾਰਨ ਕਵਨ ਅਬੋਲ ਬਹੁਤ ਜਨ ਵਿਸ਼ਰੇ ਥੇ ਮਾਦੋ ਇਹ ਜਨ ਤੁਮਾਰੇ ਲੇਖੇ ਕਹਿ ਰਵਿਦਾਸ ਆਸ ਲਗ ਜੀਵ ਚੀਰ ਪਇਓ ਦਰਸ਼ਨ ਦੇਖੇ ਕਹਿ ਰਵਿਦਾਸ ਆਸ ਲਗ ਜੀਵ ਚੀਰ ਪਇਓ ਦਰਸ਼ਨ ਦੇਖੇ ਫਰੀਦਾ ਬਾਹਰ ਪਰਾਇ ਬੈਸਨਾ ਸਾਈ ਮੁਝੇ ਨਾ ਦੇ ਜੇ ਤੂੰ ਐਵੇਂ ਰਕਸੀ ਜਿਉ ਸਰੀਰੋਲੇ ਫਰੀਦਾ ਬਾਹਰ ਪਰਾਇ ਬੈਸਨਾ ਫਰੀਦਾ ਬਾਹਰ ਪਰਾਇ ਬੈਸਨਾ ਤੈ ਮੁਝੇ ਨਾ ਦੇ ਜੇ ਤੂੰ ਐਵ ਰੱਖੀ ਜੀਓ ਸਰੀਰੋ ਲੈ ਪਵਿੱਤਰ ਬਾਣੀ ਬਾਬਾ ਫਰੀਦ ਜੀ ਜੋ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਗ 1340 ਉੱਪਰ ਸਵਾਇਆ ਬਤਾਲ ਲੀਏ ਸੋ ਬਾਬਾ ਜੀ ਬਖਸ਼ਿਸ਼ ਕਰ ਰਹੇ ਹਨ ਸਾਨੂੰ ਸਮਝਾਉਣ ਵਾਸਤੇ ਆਪਣੇ ਜੀਵਨ ਦਾ ਤਜਰਬਾ ਕਿ হে ਅਕਾਲ ਪੁਰਖ ਜੇ ਤੂੰ ਚਾਹਨਾ ਮੈਂ ਦੂਸਰੇ ਦੇ ਦਰਵਾਜੇ ਤੇ ਹੀ ਬੈਠਾ ਰਵਾਂ ਤੈਨੂੰ ਛੱਡ ਕੇ ਦੂਸਰੇ ਦੀ ਆਸ ਖਸਮ ਛੋੜ ਦੂਜੇ ਦਾ ਆਪਣੇ ਖਸਮ ਨੂੰ ਛੱਡ ਕੇ ਬਗਾਨੇ ਦੇ ਦਰਵਾਜੇ ਤੇ ਮੈਂ ਬੈਠ ਜਾਵਾਂ ਤੈਨੂੰ ਛੱਡ ਕੇ ਤੇਰੇ ਅੱਗੇ ਹੱਥ ਛੱਡਣ ਦੀ ਬਜਾਏ ਝੋਲੀ ੱਡਣ ਦੀ ਬਜਾਏ ਪਿਤਾ ਜੀ ਮੈਂ ਕਿਸੇ ਹੋਰ ਦੇ ਅੱਗੇ ਝੋਲੀ ੱਡਾਂ ਕਿ ਮੈਨੂੰ ਦਿਓ ਬਾਹਰ ਪਰਾਏ ਬਹਿਣਾ ਕਿਸੇ ਪਰਾਏ ਦੇ ਬਾਹਰ ਅੱਗੇ ਜਿਹਨੂੰ ਮੈਂ ਜਾਣਦਾ ਹੀ ਨਹੀਂ ਜਿਹਦੇ ਨਾਲ ਮੇਰਾ ਕੋਈ ਲੈਣਾ ਦੇਣਾ ਨਹੀਂ ਮੇਰਾ ਕੋਈ ਸਬੰਧ ਨਹੀਂ ਸਾਈ ਮੁਝੇ ਨਾ ਦੇ हे ਮੇਰੇ ਸਾਈ ਆ ਦਿਨ ਨਾ ਮੈਨੂੰ ਦਿਖਾਈ ਆ ਘੜੀ ਆ ਸਮਾਂ ਇਸ ਭਾਂਡੇ ਦੇ ਉੱਪਰ ਨਾ ਕਦੀ ਆਵੇ ਸਰੀਰ ਤੇ ਨਾ ਆਵੇ ਕਿ ਮੈਂ ਤੇਰਾ ਦਰ ਛੱਡ ਕੇ ਕਿਸੇ ਹੋਰ ਦੇ ਦਰ ਤੋਂ ਭੀਖ ਮੰਗਾ ਕਿਉਂਕਿ ਹਮ ਭੀਖਕ ਪਿਖਾਰੀ ਤੇਰੇ ਮੈਂ ਤੇਰੇ ਦਰ ਦਾ ਪਿਖਾਰੀ ਹੈ ਗੁਰੂ ਅਮਰਦਾਸ ਪਾਤਸ਼ਾਹ ਵੀ ਕਹਿੰਦੇ ਮੈਂ ਕਿਸੇ ਹੋਰ ਦਰ ਦੇ ਉੱਤੇ ਬੋਕਾ ਡਣ ਵਾਲਾ ਨਹੀਂ ਝੋਲੀ ਢਣ ਵਾਲਾ ਨਹੀਂ ਹਮ ਭੀਖਕ ਪਿਖਾਰੀ ਤੇਰੇ ਤੂੰ ਨਿਜਪਤ ਹੈ ਦਾਤਾ ਤੂੰ ਮੇਰਾ ਦਾਤਾ ਹੈ ਤੂੰ ਮੇਰੀ ਪਤ ਰੱਖਣ ਵਾਲਾ ਮੇਰੀ ਮੱਤ ਤੇ ਮੇਰੀ ਪਤ ਦਾ ਰਾਖਾ ਆਪ ਵਾਹਿਗੁਰੂ ਤੁਸੀਂ ਜੀ ਉਹ ਦਿਆ ਨਾਮ ਦਿਓ ਜਨ ਕੋ ਸਦਾ ਰੋ ਰਖਾ ਤੇ ਜੇ ਮੈਂ ਤੇਰੇ ਦਰ ਦਾ ਭੁਖਾਰੀ ਹਾਂ ਤੇ ਫਿਰ ਝੋਲੀ ਨਾਮ ਦੇ ਨਾਲ ਭਰਦੇ ਹੋ ਨਾ ਰੰਗ ਦਿਓ ਨਾ ਆਪਣੇ ਰੰਗ ਦੇ ਵਿੱਚ ਕਿਉਂ ਉਸਰੇ ਦੇ ਦਰਵਾਜੇ ਦੇ ਵਿੱਚ ਭੇਜਦੇ ਜੀ ਬਹੁਤ ਪੀਰ ਭਏ ਕਿਰਪਨ ਕੋ ਇਨਾ ਚਿਰ ਹੋ ਗਿਆ ਮੰਗਦੇ ਆ ਪਤਾ ਨਹੀਂ ਕਿੰਨੇ ਜਨਮ ਲੈ ਲਏ ਕਿੰਨੀਆਂ ਜੂਨਾ ਪਟਕ ਗਿਆ ਮੈਂ ਪਤਾ ਜੀ ਭੈ ਕਿਰਪਨ ਕੋ ਤਿਨੇਸ਼ ਗਰੀਬ ਨੂੰ ਨਿਮਾਣੇ ਨੂੰ ਨਿਥਾਣੇ ਨੂੰ ਅਬ ਕੀ ਚ ਕਿਰਪਾ ਕੀਜੈ 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 ਹੋ ਦਿਆਲਦਰ ਸ਼ਨ ਦੇਓ ਆਪਣਾ ਹੋ ਦਿਆਲਦਰ ਸ਼ਨ ਦੇਓ ਆਪਣਾ ਐਸੀ ਬਖਸ਼ ਕਰੀ ਜੇ ਪਿਤਾ ਜੀ ਐਸੀ ਬਖਸ਼ ਕਰੀ ਜੇ ਐਸੀ ਬਖਸ਼ ਕਰੀ ਜੇ ਐਸੀ ਬਖਸ਼ ਕਰੀ ਜੇ ਹਮ ਭੀਖਖ ਪਖਾਰੀ ਤੇਰੇ ਤੂੰ ਨਿਜ ਪਤ ਹੈ ਦਾ ਇੱਕ ਤਰਲਾ ਇੱਕ ਜੋੜੀ ਕਿ ਮੈਂ ਤੇਰਾ ਦਰ ਛੱਡ ਕੇ ਨਹੀਂ ਜਾਣਾ ਜੇ ਤੂੰ ਐਵੇਂ ਰੱਖੀ ਜੇ ਤੂੰ ਮੈਨੂੰ ਐਵੇਂ ਰੱਖਣਾ ਹੈ ਤੇ ਫਿਰ ਪ੍ਰਾਨ ਲੈਣਾ ਇਹ ਤੇ ਦੋ ਅਰਥੀ ਗੱਲ ਹੈ ਜਾਜ਼ ਆਪਣਾ ਬਣਾ ਲੈ ਜਾਂ ਜਿਹੜੀ ਸਵਾਸਾ ਦੀ ਪੂੰਜੀ ਦਿੱਤੀ ਹੈ ਪਿਤਾ ਜੀ ਉਹ ਵਾਪਸ ਲੈ ਲੈ ਕਿਉਂਕਿ ਮੈਂ ਦੋ ਚਿੱਤੀ ਵਿੱਚ ਜੀਣਾ ਨਹੀਂ ਚਾਹੁੰਦਾ ਕਿਉਂਕਿ ਤੇਰੀ ਪਵਿੱਤਰ ਬਾਣੀ ਕਹਿੰਦੀ ਤੂੰ ਹੀ ਆਖਿਆ ਹੈ ਛਾੜ ਵਿਡਾਣੀ ਤਾਤ ਮੂੜੇ ਇਹੀਂ ਹਾਂ ਬਸਣਾ ਰਾਤ ਮੂੜੇ ਜੇ ਅਸੀਂ ਇੱਥੇ ਇੱਕ ਰਾਤ ਬਸਣਾ ਹੈ ਤੇ ਪਰ ਤੇਰੇ ਚਰਨਾ ਵਿੱਚ ਰਾਤ ਕਿਉਂ ਨਿਕਲੇ ਕਿਸੇ ਹੋਰ ਦੇ ਦਰ ਤੇ ਮੈਂ ਕਿਉਂ ਜਾਵਾਂ ਜੇ ਤੂੰ ਹੀ ਮੇਰ ਰਖਸੀ ਜੇ ਸੁਚੋਣਾ ਮੈਂ ਤੇਰੇ ਕੋਲ ਵੀ ਆਈ ਚਲਾਂ ਹੋਰਾਂ ਦੇ ਅੱਗੇ ਵੀ ਝੋਲੀ ਢੀ ਜਾਵਾਂ ਰੋਈ ਜਾਵਾਂ ਪਿੱਟੀ ਜਾਵਾਂ ਇਹ ਮੇਰੇ ਕੋਲ ਨਹੀਂ ਹੋਣਾ ਬਾਬਾ ਫਰੀਦ ਕਹਿੰਦੇ ਉਹਦੇ ਨਾਲ ਚੰਗਾ ਆ ਮੇਰੇ ਜਿਹੜੇ ਸਵਾਸ ਛੱਡ ਦਿੱਤੇ ਲੈ ਲੈ ਵਾਪਸ ਲੈ ਲੈ ਤੇਰੀ ਚੀਜ਼ ਹੈ ਤੇਰੀ ਹੈ ਜਿਉ ਸਰੀਰ ਨੂੰ ਲੈ ਲਾ ਜਾਣ ਨਾ ਇਹ ਪ੍ਰਾਣ ਰਹੇਗੇ ਨਾ ਇਹ ਸਰੀਰ ਰਹੇਗਾ ਨਾ ਭਾਂਡਾ ਰਹੇਗਾ ਨਾ ਫਰੀਦ ਰਹੇਗਾ ਤੇ ਆਪ ਹੀ ਤੇਰੇ ਕੀ ਸ਼ਿਕਾਇਤ ਨਹੀਂ ਹੋਏਗੀ ਨਾ ਕਿਉਂਕਿ ਜਦ ਤੱਕ ਸਵਾਸ ਚੱਲਦੇ ਆ ਮੈਂ ਤੇ ਤੇਰਾ ਦਰ ਨਹੀਂ ਛੱਡ ਕੇ ਜਾ ਸਕਦਾ ਸੁਆਮੀ ਕੋ ਗ੍ਰਹਿ ਜਿਉ ਸਦਾ ਸੁਆਨ ਤਜਦਨੀ ਅਸੀਂ ਤੇਰੇ ਵਫਾਦਾਰ ਕੁੱਤੇ ਦੀ ਨਹੀਂ ਆਈ ਹਾਂ ਸੁਆਮੀ ਕੋ ਗ੍ਰਹ ਜਿਉਂ ਸਦਾ ਮੇਰੇ ਨਾਮੇ ਪਿਤਾ ਧਨ ਗੁਰੂ ਤੇ ਇੱਕ ਬਹਾਦਰ ਪਾਸ਼ਾ ਕਿਰਪਾ ਕਰ ਰਿਹਾ ਜਿਵੇਂ ਇੱਕ ਕੁੱਤਾ ਮਾਲਕ ਦਾ ਦਰ ਨਹੀਂ ਛੱਡਦਾ ਹੇ ਬੰਦਿਆ ਤੂੰ ਵੀ ਆਪਣੇ ਮਾਲਕ ਦਾ ਆਪਣੇ ਪਿਤਾ ਗੁਰਨਾਨਕ ਦਾ ਦਰ ਨਾ ਛੱਡੀ ਤੇ ਰਾਤ ਦਿਨੇ ਇਕ ਚਿਤ ਹੋ ਕੇ ਉਹਦੇ ਸਿਮਰਨ ਦੇ ਵਿੱਚ ਜੁੜਿਆ ਰਹ। ਵਾ ਗੁਰੂ 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 ਇਹੇ ਇੱਕ ਚਿਤ ਸੋਹਣ ਤਜਤ ਨੀਂ ਦੇ ਨਾਨਕ ਇਹ ਬਿਦ ਇਹ ਬਿਦ ਉਹ ਕੁੱਤੇ ਦੀ ਨਹੀਂ ਆਈ ਮਾਲਕ ਮਾਰੇ ਭੁੱਖਾ ਰੱਖੇ ਧਰ ਨਹੀਂ ਛੜਦਾ ਇਹ ਬਿਦ ਉਸ ਮਾਲਕ ਦਾ ਸਿਮਰਨ ਕਰ ਮਨ ਛੋੜ ਕੇ ਕਿਉਂਕਿ ਜੇ ਸੋ ਭਰੇ ਆ ਜੀਵਨ ਖਾਨ ਤੇ ਜੀਅ ਕੇਤੇ ਉਮਰੇ ਨਹੀਂ ਮਿਲ ਜਵੇ ਇਹਨੀ ਉਮਰ ਤੇ ਇਹ ਉਮਰ ਸਾਰੀ ਖਾਨ ਪੀਣ ਦੇ ਵਿੱਚ ਹੀ ਖੱਟ ਦਵੇ ਖਾਣ ਪੀਣ ਵਿੱਚ ਹੀ ਘੜ ਦਵੇ ਖਸਮ ਪਛਾਨੇ ਸੋ ਦਿਨ ਪਰਵਾਨ ਪਰ ਇਹ ਉਮਰ ਅਜਾਈ ਚਲੀ ਗਈ ਕਿਉਂਕਿ ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ ਖਸਮ ਵਿਸਾਰ ਖੁਆਰੀ ਕਿੰਨੀ ਤਰੀਕ ਜੀਵਨ ਨਹੀਂ ਰਹਿਣਾ ਇਹ ਖਾਣ ਪੀਣ ਨੂੰ ਆਪਣਾ ਜੀਵਨ ਨਾ ਬਣਾਈਏ ਬਾਬਾ ਹੋਰ ਖਾਣਾ ਖੁਸ਼ੀ ਖੁਆਰ ਜਿਸ ਖਾਦੇ ਤਨ ਪੀੜੀਏ ਮਨ ਵਿੱਚ ਚਲੇ ਵਕਾਰ ਇਹ ਸਵਾਸ ਅਜਾਈ ਚਲੇ ਜਾਣ ਇਨੀਆਂ ਬਿਮਾਰੀਆਂ ਲੱਗ ਜਾਣ ਕਿ ਮਿੰਟ ਮਿੰਟ ਬਾਅਦ ਇਹਨੂੰ ਗੋਲੀਆਂ ਖਾਣੀਆਂ ਪੈਣ ਤੇ ਫਿਰ ਕੀ ਫਾਇਦਾ ਐਸੇ 100 ਵੜੇ ਖਾਣ ਦਾ ਕੀ ਫਾਇਦਾ ਹੈ ਤੇ ਜੇ ਕਿਸੇ ਇੱਕ ਛਿੰਨ ਦੇ ਵਿੱਚ ਗੁਰੂ ਕਿਰਪਾ ਕਰ ਦੇ ਖਸਰੋਂ ਪਛਾਨ ਨਹੀਂ ਸੋ ਦਿਨ ਪਰਵਾਨ ਉਹ ਦਿਨ ਤੇ ਉਹੀ ਪਰਵਾਨ ਹੈ ਨਾ ਜਿਸ ਘੜੀ ਉਹ ਮਾਲਕ ਯਾਦ ਆ ਗਿਆ ਉਹਦੀ ਪਹਿਚਾਨ ਆ ਗਈ ਕਿ ਇਹ ਮੇਰਾ ਪਿਤਾ ਹੈ ਜਦੋਂ ਬੱਚੇ ਨੂੰ ਰੋਸ਼ ਗਈਦਾ ਆ ਤੇਰਾ ਪਾਪਾ ਤੇਰਾ ਪਾਪਾ ਤੇਰੀ ਮੰਮੀ ਤੇਰੀ ਮੰਮੀ ਔਰ ਛੋਟੇ ਜਿਹੇ ਬੱਚੇ ਨੂੰ ਇੱਕ ਦਿਨ ਇੰਨਾ ਪੱਕਾ ਹੋ ਜਾਂਦਾ ਹੈ ਕਿ ਜਦੋਂ ਵੀ ਉਹ ਅੱਗੇ ਆਉਂਦਾ ਹੈ ਉਹ ਆਵਾਜ਼ ਮਾਰਦਾ ਪਾਪਾ ਮੰਮੀ ਪਾਪਾ ਕਿਉਂਕਿ ਉਹ ਪਛਾਣ ਹੋ ਗਈ ਮੇਰਾ ਪਾਪਾ ਹੈ ਇਹ ਮੇਰਾ ਬਾਪ ਹੈ ਮੇਰਾ ਪਿੱਛਾ ਹੈ ਤੇ ਸਤਿਗੁਰੂ ਕੇ ਦੇ ਬੰਦਿਆ ਜਿਸ ਦਿਨ ਤੈਨੂੰ ਖਸਮ ਦੀ ਪਛਾਣ ਹੋ ਗਈ ਤੇਰਾ ਵੀ ਉਹੀ ਦਿਨ ਪਰਵਾਨ ਹੋਇ ਮubaruk ਹੈ ਉਹ ਦਿਨ ਜਿਨੂੰ ਸਿਰ ਨੂੰ ਸਮਝ ਆ ਗਈ ਦਰਸ਼ਨ ਦੇਖੇ ਦੇ ਆਣ ਹੋ ਕਮਾਲ ਦੀ ਗੱਲ ਹੈ ਕਿੰਨਾ ਹੈ ਮੈਨੂੰ ਰੱਬ ਮਿਲ ਜਾਵੇ ਰੱਬ ਮਿਲ ਜਾਵੇ ਰੱਬ ਮਿਲ ਜਾਵੇ ਤੇ ਰਾਤ ਦਿਨੇ ਮਾਇਆ ਦੇ ਵਿੱਚ ਖਚਤ ਹੈ ਇਕ ਰਤੀ ਭਰ ਵੀ ਤੇਰੇ ਅੰਦਰ ਦਇਆ ਨਹੀਂ ਕਿਸੇ ਬਾਰੇ ਰਹਿਮ ਨਹੀਂ ਤਰਸ ਨਹੀਂ ਤਰਸ ਨਹੀਂ ਰਾਤ ਦਿਨੇ ਖਚਿਆ ਦਇਆ ਨਾ ਹੋਏ ਇਕ ਰਤੀ ਮਾਤਰ ਵੀ ਤੇਰੇ ਅੰਦਰ ਤਰਸ ਨਹੀਂ ਆਉਂਦਾ ਦਇਆਨੀ ਆਏ ਤੇ ਜਿ ਦਇਆ ਆਈ ਨਹੀਂ ਪਰ ਕਿਛੀ ਤੈਨੂੰ ਮੰਨ ਕਰਨਾ ਤਨ ਜੋ ਬਨ ਕਾ ਕਰਮ ਕਿਆ ਕੀਜੀ ਇਹ ਮਾਇਆ ਦਾ ਕਾਦਾ ਹੰਕਾਰ ਹੈ ਕਾਗਜ਼ ਜਿਉ ਗਲ ਜਾਏਗਾ ਸਿਮਰਨ ਭਜਨ ਦਇਆ ਨਹੀਂ ਕੀਤੀ ਦਇਆ ਤਾਂ ਹੀ ਆਉਂਦੀ ਨਾ ਜੇ ਸਿਮਰਨ ਤੇ ਭਜਨ ਤੂੰ ਕੀਤਾ ਹੋਂ ਨਹੀ ਕੀਤੀ ਤੋ ਮੁਖ ਚੋਟਾ ਖਾਏ ਤੇ ਚਰਨ ਰਾਜ ਨੇ ਮੂੰਹ ਤੇ ਚਪੇੜਾ ਮਾਰਨੀ ਸਾਡੇ ਮੂੰਹ ਤੇ ਕਿ ਇਸ ਕਰਕੇ ਤੈਨੂੰ ਭੇਜਿਆ ਸੀ ਇਸ ਕਰਕੇ ਤੂੰ ਜਨਮ ਲਿਆ ਸੀ ਤੈਨੂੰ ਮੈਂ ਜੀਵਨ ਤਾਂ ਦਿੱਤਾ ਸੀ ਮੈਂ ਤੇ ਜੀਵਨ ਦਿੱਤਾ ਸੀ ਭਗਤੀ ਵਾਸਤੇ ਸਿਮਨ ਵਾਸਤੇ ਦਇਆ ਕਰਨ ਵਾਸਤੇ ਤੇ ਤੂੰ ਜਵਾਨੀ ਦੇ ਜੋਸ਼ ਵਿੱਚ ਮਾਇਆ ਦੇ ਜੋਸ਼ਿਸ਼ ਇੰਨਾ ਹੰਕਾਰੀ ਹੋ ਗਿਆ ਕਿ ਕਿਸੇ ਨੂੰ ਬੰਦੇ ਨੂੰ ਬੰਦਾ ਨਹੀਂ ਸਮਝਦਾ ਤਾ ਲੈ ਦਿੱਤੇ ਵੇਣ ਰਹਿਣ ਕੋ ਬਸਰਾਦ ਨੇ ਉਹਦੇ ਤੋਂ ਪੈਸੇ ਲੈ ਲਓ ਰਿਸ਼ਵਤ ਲੈ ਲਓ ਉਹਨੂੰ ਦੇ ਦਿਓ ਉਹ ਲੈ ਲਓ ਸਾਰੀ ਦਿਹਾੜੀ ਚੋਰੀਆਂ ਠੱਗੀਆਂ ਦੇ ਨਾਲ ਪ੍ਰਾਇਆ ਦਰਵਾਜੇ ਤੇ ਬੈਠਾ ਰਹਿਣਾ ਹੈ ਠੱਗੀਆਂ ਵਾਸਤੇ ਵੀ ਪੁਰਾਣੇ ਦਰਵਾਜੇ ਤੇ ਤੇ ਬਾਬਾ ਪ੍ਰੀਤ ਕਹਿੰਦੇ ਮੈਨੂੰ ਬਾਹਰ ਪ੍ਰਾਇਆ ਬੈਸਣਾ ਸਾਈ ਮੇਂ ਜੇ ਨ ਦੇ ਜਿਨੂੰ ਲੋੜ ਹੈ ਉਹ ਨ ਦੇ ਦੇ ਪਰ ਪ੍ਰਮਾਤਮਾ ਹੇ ਮੇਰੇ ਖੁਦਾ ਅੱਲਾ ਮੈਨੂੰ ਇਹ ਜੁਗਸੀ ਨ ਦੇ ਮੈਨੂੰ ਨਹੀਂ ਚਾਹੀਦੀ ਉਹਦੇ ਨਾਲ ਜ਼ਰੂਰੀ ਹੈ ਮੇਰੇ ਪ੍ਰਾਨ ਕੱਢ ਲੋ ਪ੍ਰਾਨ ਪ੍ਰਾਨ ਤੇਨੇ ਜੇ ਮੇਰੀ ਅਰਦਾਸ ਸੁਨੋ ਜਿਉ ਜਾਨੋ ਤਿਉ ਰਾਖ ਹਰ ਪ੍ਰਭ ਤੇਰਾ ਕਿਤੇ ਗੁਨੁ ਅਸੰਖ ਅਵਗੁਨ ਮੇਰੇ ਆ ਜਿਉ ਜਾ ਰਹੇ ਮੈਂ ਲਿਬੜਿਆ ਤਿਬੜਿਆ ਪਰ ਹੈ ਤੇ ਤੇਰਾ ਲੋਭ ਲਹਿਰ ਅਤਨੀ ਚਰ ਬਾਜੇ ਕਾਇਆ ਡੂਬੇ ਕੇਸਵਾ ਇਨੀਆਂ ਲੋਭ ਲਹਿਰ ਦੀਆਂ ਲੈਣਾ ਕਿ ਪੈਰ ਦੀ ਚੋਟੀ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਪੈਰ ਦੇ ਨੋ ਤੋਂ ਲੈ ਕੇ ਲਿਪੜਿਆ ਪਿਆ ਲਿਪੜਿਆ ਪਿਆ ਗੰਦਗੀ ਦੇ ਵਿੱਚ ਪਰ ਹੈ ਤੇ ਤੇਰਾ ਨਾ ਪਿਤਾ ਜੀ ਹੈ ਤੇ ਤੇਰਾ ਪਿਰਕ ਲੈ ਜੋ ਜਾਨੂ ਤਿਉਹ ਰਾਖੋ ਹਰ ਪ੍ਰਭ ਤੇਰਾ ਮੈਂ ਹਰ ਪਾਸਿਓ ਤੇਰਾ ਆ ਮੈਂ ਕਹਿ ਰਿਹਾ ਬਾਹਾਂ ਉੱਚੀਆਂ ਕਰ ਕਰਕੇ ਪਿਤਾ ਜੀ ਮੈਂ ਤੇਰਾ ਮੈਂ ਤੇਰਾ ਮੈਂ ਤੇਰਾ ਮੈਂ ਤੇਰਾ ਵਾਹਿਗੁਰੂ ਮੈਂ ਤੇਰਾ ਮੈਂ ਤੇਰਾ ਮੈਂ ਤੇਰਾ ਮੈਂ ਤੇਰਾ ਸਤਗੁਰ ਮੈਂ ਤੇਰਾ ਮੈਂ ਤੇਰਾ ਵਾਹਿਗੁਰੂ 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 ਛੋਟਾ ਜਿਹਾ ਬੱਚਾ ਸੀ ਛੋਟਾ ਜਿਹਾ ਬੱਚਾ ਅੱਗੇ ਬੈਠੇ ਤੇ ਕਲਗੀਧਰ ਪਾਸ਼ਾ ਕਿਹਦੇ ਬੇਟਾ ਗੱਲ ਸੁਣ ਆ ਗਿਆ ਪੁੱਸਣਾ ਬੱਚਾ ਛੋਟਾ ਜਿਹਾ ਕਲਗੀਧਰ ਪਾਸ਼ਾ ਮੇਰੇ ਦੇ ਘਰ ਵਿੱਚ ਆਏ ਮੁਸਕਰਾਏ ਬੇਟਾ ਤੇਰਾ ਨਾਂ ਕੀ ਜੀ ਮੇਰਾ ਨਾਂ ਜੋਗਾ ਮੇਰੇ ਘਰਦਿਆਂ ਨੇ ਮੇਰਾ ਨਾਮ ਜੋਗਾ ਰੱਖਿਆ ਜੋਗਾ ਛੋਟਾ ਜਿਹਾ ਬੱਚਾ ਬੋਲ ਰਿਹਾ ਛੋਟਾ ਜਿਹਾ ਨਾਲੇ ਸਵਾਲ ਕਰਗੀ ਤਰਪਾਛਾ ਬੇਟਾ ਕੀ ਤੇ ਜੋਗਾ ਜੇ ਤੇਰਾ ਨਾਮ ਜੋਗਾ ਹੈ ਤੂੰ ਕੀ ਤੇ ਜੋਗਾ ਤੇ ਨਿਕਾ ਜਾ ਬੱਚਾ ਬੋਲਿਆ ਸਤਿਗੁਰੂ ਮੈਂ ਤੇਰੇ ਜੋਗਾ ਹੋਰ ਕੀ ਤੇ ਜੋਗਾ ਬੋਲੋ ਵਾਹਿਗੁਰੂ ਆਹੇ ਹੈ ਜਿਨ੍ਹਾਂ ਨੂੰ ਮਾਂ ਬਾਪ ਨੇ ਗੁਰਤੀ ਸੀ ਉਹ ਕਹਦੇ ਸਤਿਗੁਰੂ ਮੈਂ ਤੇਰੇ ਜੋਗਾ ਤੇਰੇ ਜੋਗਾ ਤੇ ਕਿਰਪਾ ਕਰੀ ਮੈਨੂੰ ਤੇਰੇ ਤੋਂ ਬਿਨਾ ਕਿਸੇ ਹੋਰ ਦੀ ਸੂਰਤ ਮੇਰੇ ਦਿਲ ਵਿੱਚ ਨਾ ਵਸੇ ਤੇਰੇ ਸਰੂਪ ਤੋਂ ਇਲਾਵਾ ਤੇਰੇ ਚਰਨਾਂ ਤੋਂ ਇਲਾਵਾ ਮੇਰੇ ਹਿਰਦੇ 'ਚ ਕੋਈ ਹੋਰ ਚਰਨਾ ਨਾ ਵਸੇ ਮੈਂ ਤੇਰੇ ਜੋਗਾ ਤੇ ਕਲਗੀਧਰ ਪਾਸ਼ਾ ਨੇ ਜੱਫੀ ਪਾਈ ਪਿਆਰ ਕੀਤਾ ਕਹਿੰਦੇ ਜੋਗਿਆ ਜੇ ਤੂੰ ਗੁਰੂ ਜੋਗਾ ਤੇ ਅੱਜ ਤੋਂ ਗੁਰੂ ਤੇਰੇ ਜੋਗਾ ਬੋਲੋ ਆਏ ਗੁਰ ਆਇਆ ਆਇਆ ਜੋ ਜਨੂ ਤਿਉ ਰਖ ਹਰ ਪ੍ਰਭ ਤੇਰਿਆ ਸਾਨੂੰ ਹੀ ਰਖ ਲੋ ਨਾ ਜੋਗੇ ਵਰਗੋ ਅਸੀਂ ਵੀ ਤੇਰੇ ਆਂ ਕਿਤੇ ਗਨੂ ਅਸੰਖ ਅਵਗਨ ਮੇਰਿਆ ਇਕ ਨਹੀਂ ਦੋ ਨਹੀਂ 10 ਨਹੀਂ ਅਸੰਖ ਕਰੋੜਾ ਅਰਬਾਂ ਖਰਬਾਂ ਜੇਤਾ ਸਮੁੰਦਰ ਸਾਗਰ ਨੀਰ ਭਰਿਆ ਪਿਤਾ ਜੀ ਤੇਤੇ ਅਗਨ ਹਮਾਰੇ ਦਇਆ ਕਰੋ ਦਇਆ ਕਰੋ ਕਸ਼ਮੀਰੋ ਪਾਉ ਡੁੱਬਦੇ ਪਸਰਦਾਰੇ ਤੂੰ ਤਾਰ ਸਕਦਾ ਹੈ ਡੁੱਬਦੇ ਨੂੰ ਤੇਰੇ ਚ ਸੁਭਰਤਾ ਹੈ ਮੈਂ ਤੇ ਪੈਰ ਦੇ ਨੋ ਤੋਂ ਲੈ ਕੇ ਸਿਰ ਦੀ ਚੂਟੀ ਵਿੱਚ ਖੱਚਤ ਹਾਂ ਵਿਕਾਰਾਂ ਚ ਤੂੰ ਕੱਟ ਸਕਦਾ ਹੈ ਤੂੰ ਕੱਟ ਸਕਦਾ ਹੈ ਸੰਸਾਰ ਸਮੁੰਦੇ ਤਾਰ ਗੁਬਿੰਦੇ ਤਾਰ ਲੈ ਬਾਪ ਬੀਠਲਾ ਤਾਰਨੇ ਅਸੰਖ ਆਵਗਨ ਖਤੇ ਫੇਰੀ ਨਿਤ ਪ੍ਰਤ ਸਦ ਭੂਲੀਏ ਇਨੇ ਗੁਨਾ ਅਸੰਖ ਆਵਗਨ ਤੇ ਮੈਂ ਰੋਜ ਪਾਪ ਕਰਦਾ ਘੜੀ ਘੜੀ ਨੂੰ ਕਰਦਾ ਐ ਫਿਰ ਮੁੱਕਰ ਜਾਂਦਾ ਤੂੰ ਦੇਖੇ ਹਮ ਕਿਰਪਾਉ ਤੇਰੇ ਕਮ ਨਤੇ ਤੁਸੀਂ ਜਾਣਦੇ ਜੇ ਤੁਸੀਂ ਮੇਰੇ ਅੰਗ ਸੰਗ ਜੇ ਜੇ ਮੇਰੇ ਅੰਗ ਸੰਗ ਜੇ ਤੇ ਮੇਰੇ ਪਾਪਾ ਨੂੰ ਵੀ ਤੇ ਜਾਣਦੇ ਜੇ ਨਾ ਕਿਤੇ ਗਣੂ ਅਸੰਖ ਅਬ ਗਣ ਮੇਰਿਆ ਉਨ ਤੂੰ ਹੀ ਦੱਸ ਵੀ ਮੈਂ ਤੇਰੇ ਸਾਹਮਣੇ ਪਾਪ ਕੀਤੇ ਆ ਤੇ ਹੁਣ ਮੈਂ ਕਿੰਨੇ ਕ ਗਿਣ ਕੇ ਦੱਸਾਂ ਤੂੰ ਤੇ ਜਾਣਦਾ ਹੀ ਐ ਨਾ ਮੈਂ ਜੇ ਬੋਲਦਾ ਨਿਤ ਪ੍ਰਸਾਦਾ ਭੁੱਲੀ ਗੇ ਮੋ ਮਗਨ ਬਿਕਰਾਲ ਬਾਇ ਤੋ ਪ੍ਰਸਾਦੀ ਇਹਨਾਂ ਚ ਖੱਚੇ ਮੋਜ ਖਚਛ ਮਾਇਆ ਦੇ ਵਿੱਚ ਖਚਤ ਬਿਕਰਾਨ ਇਹਨੇ ਭਿਆਨ ਫਸਿਆ ਵੈ ਦਲਦਲ ਦੇ ਵਿੱਚ ਤੋਂ ਪਰਸਾ ਦੀ ਕੋ ਤੇਰੀ ਕਿਰਪਾ ਤੇਰਾ ਗੁਰ ਪ੍ਰਸਾਦ ਕਿਤੇ ਵਰਸ ਜਾਏ ਗੱਲ ਬਣ ਸਕਦੀ ਕਿਉਂਕਿ ਲੋਕ ਕਰਤ ਵਿਕਾਰ ਵਿਖੜੇ ਪ੍ਰਭ ਨੇ ਰੂਤੇ ਨੇ ਰਿਆ ਲੋਕ ਕਰਤ ਵਿਚਾਰ ਵਿਖੜੇ ਪ੍ਰਭ ਨੇ ਰੂਤੇ ਨੇਰੇਆ ਮੈਂ ਲੁਕ ਲੁਕੇ ਪਾਪ ਕਰਦਾ ਸੀ ਮੈਂ ਲੁਕ ਲੁਕੇ ਗੁناہ ਕੀਤੇ ਤੇ ਮੈਂ ਇਹ ਭੁੱਲ ਗਿਆ ਤੂੰ ਤੇ ਮੇਰੇ ਸਵਾਸਾ ਤੋਂ ਵੀ ਨੇੜੇ ਹੈ ਸਵਾਸਾ ਤੋਂ ਵੀ ਨੇੜੇ ਤੇ ਜੇ ਸਵਾਸਾ ਤੋਂ ਪਿਤਾ ਜੀ ਤੁਸੀਂ ਨੇੜੇ ਜੇ ਏ ਪਰ ਮੇਰੇ ਲੋਕ ਕੇ ਪਾਪ ਕੀ ਤੇ ਇਹਨਾਂ ਨੂੰ ਤੁਸੀਂ ਜਾਣਦੇ ਜੇ ਨਾ ਜਾਣਦੇ ਜੇ ਤੇ ਜਾਨਦੇ ਜੇ ਬਿਨਵੰਤ ਨਾਨਕ ਦਇਆ ਤਾਰੂ ਕਾਢ ਪਵ ਜਨ ਫੇਰਿਆ ਪਰ ਕਰਦੇ ਆ ਤੁਮ ਕਰੋ ਦਇਆ ਮੇਰੇ ਸਾਈ ਤੁਮ ਕਰੋ ਦਇਆ ਮੇਰੇ ਸੋ ਤੁਮ ਕਰੋ ਦਇਆ ਮੇਰੇ ਸਾਈ ਤੁਮ ਕਰੋ ਦਇਆ ਮੇਰੇ ਸਾਈ ਕਰੋ ਨਾ ਦਇਆ ਐਸੀ ਮਤ ਦੀਜੇ ਮੇਰੇ ਠਾਕੁਰ ਕਿ ਹਰ ਸਵਾਸ ਨਾ ਮੈਂ ਤੇਰਾ ਸਿਮਰਨ ਕਰਾਂ ਹਰ ਸਵਾਸ ਬਿਨਵੰਤ ਨਾਨਕ ਦਇਆ ਤਾਰੋ ਕਾਢ ਭਵਜਲ ਫੇਰਿਆ ਇਹ ਚਰਾਸੀ ਦੇ ਚੱਕਰ ਨੂੰ ਮੁਕਾ ਦਿਓ ਇਸ ਭਵਜਲ ਦੇ ਵਿੱਚੋਂ ਕੱਢ ਲਓ ਪਿਤਾ ਜੀ ਕੱਢ ਲਓ ਕਿਉਂਕਿ ਮੈਂ ਪਰਾਏ ਬਾੜ ਤੇ ਨਹੀਂ ਬਹਿਣਾ ਚਾਹੁੰਦਾ ਮੈਂ 13 ਦਰ ਛੱਡ ਕੇ ਕਿਸੇ ਹੋਰ ਦੇ ਦਰਵਾਜੇ ਤੇ ਨਹੀਂ ਜਾਣਾ ਮੈਂ ਦੇਖਿਆ ਜਿਹੜੇ ਛੱਡ ਕੇ ਜਾਂਦੇ ਉਹਨਾਂ ਦਾ ਕੀ ਹਾਲ ਦੋਹਾ ਗੁਣੀ ਪਰਮ ਭੁਲਾਨੀਆਂ ਕੂੜ ਬੋਲ ਬਿਖਖਾਏ ਦੋਹਾ ਗਣੀਆ ਇੱਕ ਸਵਾਗਣੀ ਇੱਕ ਦੋਹਾ ਗਣੀ ਦੋਹਾ ਗਣੀ ਦੂਜੇ ਦਰਵਾਜੇ ਤੇ ਜਾ ਕੇ ਬੈਠਣ ਵਾਲੀ ਦੂਸਰੇ ਪਾਸੇ ਮੰਗਣ ਵਾਲੀ ਆਪਣੇ ਪਤੀ ਦਾ ਘਰ ਛੱਡ ਕੇ ਦੂਸਰਿਆਂ ਕੋਲੋਂ ਮੰਗਣ ਸਾਰੀ ਜ਼ਿੰਦਗੀ ਭਰਮ ਚ ਪਈ ਇੱਕ ਦਰ ਛੱਡਿਆ ਦੂਜੇ ਦਰ ਗਈ ਤੀਜੇ ਦਰ ਗਈ ਚੌਥੇ ਦਰ ਗਈ ਐਸਾ ਭਰਮ ਦੇ ਵਿੱਚ ਪੈ ਗਈ ਕਿ 84 ਦੇ ਚੱਕਰ ਚ ਪੈ ਗਈ ਕਿਉਂ ਰਾਤ ਦਿਨੇ ਜਿੱਥੇ ਵੀ ਗਈ ਝੂਠ ਬੋਲਿਆ ਕੂੜ ਬੋਲ ਬਿਖ ਖਾਣ ਝੂਠ ਬੋਲ ਬੋਲ ਕੇ ਜ਼ਹਿਰ ਖਾਈ ਗਈ ਬਿਖ ਖਾਣ ਤੇ ਫਿਰ ਕੀ ਮਿਲਿਆ ਪਿਰ ਨਾ ਜਾਣੇ ਆਪਣਾ ਸੁਝੀ ਸੇਜ ਸੁਖ ਦੁੱਖ ਪਾਇ ਆਪਣੇ ਪਤੀ ਦੀ ਸੇਜ ਨਹੀਂ ਜਾਣੀ ਤੇ ਹੁਣ ਉਹਦੀ ਬਗਾਨੇ ਕੋਲ ਪ੍ਰਵਾਹ ਕਰਦੇ ਹਨ ਹੁਣ ਪਤੀ ਚਲਾ ਗਿਆ ਸੇਜ ਵੀ ਸੁਜੀ ਹੋ ਗਈ ਹੁਣ ਰਾਤ ਦਿਨੇ ਦੁੱਖਾਂ ਦੇ ਵਿੱਚ ਘਿਰ ਗਈ ਤਕਲੀਫਾਂ ਦੇ ਵਿੱਚ ਘਿਰ ਗਈ ਰਾਤ ਦਿਨੇ ਰੋਂਦੀ ਹੈ ਕਲਪ ਦੀ ਹੈ ਤਪ ਤਪ ਲੋਏ ਲੋਏ ਹਾਤ ਮਰੂਰੂ ਬਾਵਲ ਹੋਈ ਸੋ ਸੋ ਕਿਉਂਕਿ ਤੇਸ ਹੈ ਮਨ ਮੇਂ ਕੀਆ ਰੋਸ ਮੁਜ ਅਗੁਨ ਮੈਂ ਨਾਹੀ ਤੇ ਸਾਬਬ ਕੀ ਮੈਂ ਸਾਰ ਨਾ ਜਾਣੀ ਜੋ ਬਨ ਜਾਏ ਸੋ ਬਾਬਾ ਫਰੀਦ ਜੀ ਤਰਲਾ ਲੇ ਦੇ ਹਨ ਕਿਉਂਕਿ ਜਿਹੜੇ ਦੂਸਰੇ ਦਰਵਾਜੇ ਤੇ ਜਾ ਕੇ ਹੱਥ ਅੜਦੇ ਦੁਖੀ ਰਹਿੰਦੇ ਸਤਿਗੁਰੂ ਕਿਰਪਾ ਕਰੀ ਤੇ ਕਬੀਰ ਸਾਹਿਬ ਨੇ ਵੀ ਆਖਿਆ ਕਬੀਰ ਇਹ ਤਨ ਜਾਏਗਾ ਕੌਨੇ ਮਾਰ ਗਿਲਾਇ ਜਦ ਸਰੀਰ ਹੈ ਹੀ ਨਾਸ਼ਵਾਨ ਤੇ ਪਰਮਾਤਮਾ ਦਾ ਦਿੱਤੀ ਹੋਈ ਦਾਤ ਹੈ ਇਹ ਦਾਤ ਇੱਕ ਦਿਨ ਜਿਹੜੀ ਹੈ ਖਤਮ ਹੋਣੀ ਹੈ ਜੋ ਭਾਂਡਾ ਬਣਿਆ ਹੈ ਟੁੱਟਣਾ ਹੈ ਜਦੋਂ ਸਵਾਸ ਪੂਰੇ ਹੋ ਗਏ ਤੇ ਜੇ ਪਤਾ ਹੈ ਇਹ ਸਰੀਰ ਨੇ ਇਹ ਪਰਮਾਤਮਾ ਦੀ ਦਾਤ ਨੇ ਭਾਂਡਾ ਜਿੰਨੀ ਦੇਰ ਵਾਸਤੇ ਸਾਨੂੰ ਮਿਲਿਆ ਇੱਕ ਦਿਨ ਟੁੱਟ ਜਾਣਾ ਹੈ ਫਿਰ ਇਹਨੂੰ ਪ੍ਰਾਇ ਦੇਰ ਤੇ ਕਿਉ ਸਿਟ ਦੇ ਆ ਕਵਨੇ ਮਾਰਗ ਬਣਾਏ ਕਿਹਨੇ ਮਾਰਗ ਤੇ ਲਾ ਦਿੱਤਾ ਇਹ ਤੈਨੂੰ ਤੇ ਭੇਜਿਆ ਸੀ ਭਈ ਪ੍ਰਾਪਤ ਮਾਨ ਖੁਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਥੀ ਬਰੀਆ ਅਵਰ ਕਾਰ ਤੇਰੇ ਕਿਤੇ ਨਾਕਾਮਿਲ ਸਾਧ ਸੰਗਤ ਭਜ ਕੇ ਮਨ ਨਾ ਤੇ ਤੂੰ ਕਿਹੜੇ ਪਾਸੇ ਲੱਗ ਗਿਆ ਤੈਨੂੰ ਦਿਆਖੇ ਕੈ ਸੰਗਤ ਕਰ ਸਾਧ ਕੀ ਕੈ ਹਰ ਕੇ ਗੁਣ ਗਾਇ ਤੈਨੂੰ ਸਿਖਿਆ ਸੀ ਸੰਗਤ ਕਰੀ ਗੁਰੂ ਦੀ ਸੰਗਤ ਗੁਰਮੁਖਾਂ ਦੀ ਸੰਗਤ ਵਿੱਚ ਜਾਈ ਸੰਗਤ ਕਰੀ ਰਾਤ ਦਿਨੇ ਆਪ ਵੀ ਨਾਮ ਜਪਈ ਤੇ ਹੋਰਾਂ ਨੂੰ ਵੀ ਜਪਾਈ ਪਰ ਤੂੰ ਕਿਹੜੇ ਪਾਸੇ ਲੱਗਿਆ ਤੂਜੇ ਨਾਮ ਨੂੰ ਛੱਡ ਕੇ ਕੁਰਾਏ ਪੈ ਗਿਆ ਕਬੀਰ ਸੰਗਤ ਕਰੀਏ ਸਾਧਕੀ ਅੰਤ ਕਰੇ ਨਿਰਵਾਹ ਸੰਗਤ ਕਰੋ ਗੁਰਮੁਖਾਂ ਦੀ ਸਚਿਆ ਸੁਚਿਆ ਦੀ ਸੰਗਤ ਕਰੋ ਨਾਮ ਜਪਣ ਵਾਲਿਆਂ ਦੀ ਜਿਹੜੀ ਅਖੀਰ ਤੇ ਉਹ ਆਪ ਵੀ ਜਮਨ ਮਰਨ ਤੋਂ ਮੁਖ ਤਖਨ ਤੇ ਸਾਨੂੰ ਵੀ ਮਾਰਗ ਦੱਸਦੇ ਹਨ ਕਿ ਇਹ ਨਾਮ ਜਪ-ਜਪ ਕੇ ਨਾਮ ਜਪ-ਜਪ ਕੇ ਅਸੀਂ ਵੀ ਜਮਨ ਮਰਨ ਤੋਂ ਕਿਵੇਂ ਦੂਰ ਹੋਣਾ ਹੈ ਕਿਉਂਕਿ ਸਾਖਤ ਸੰਗ ਨ ਕੀਜੀਏ ਸਾਖ ਦਾ ਸੰਗ ਮਾੜੀ ਸੰਗਤ ਕਦੀ ਵੀ ਨਾ ਕਰਿਓ ਤਾਂ ਕਿ ਸਾਰਾ ਖੁਸ਼ੀ ਬਰਬਾਦ ਹੋ ਜਾਏ ਖਤਮ ਹੋ ਜਾਏ ਫਿਰ ਜਰਾਸੀ ਦੇ ਚੱਕਰ ਦੇ ਵਿੱਚ ਪੈ ਰਹੀ ਏ ਪੈ ਰਹੀ ਏ ਨਹੀਂ ਗੁਰੂ ਦੀ ਸੰਗਤ ਕਰੋ ਗੁਰੂ ਦੀ ਸੰਗਤ ਜਿਹੜੇ ਆਪ ਵੀ ਤਰੇ ਦੂਜਿਆਂ ਵੀ ਤਾਰਦੇ ਹਨ ਆਪ ਵੀ ਭਰੇ ਭੇ ਨਾਮ ਦੇ ਨਾਲ ਦੂਜਿਆਂ ਨੂੰ ਵੀ ਪਰਦੇ ਹਨ ਕਿਉਂਕਿ ਜਨਮ ਮਰਨ ਦੋਹੋਂ ਮੇ ਨਹੀਂ ਜਨ ਪਰਪਉਪਕਾਰੀ ਆਏ ਜਨ ਪਰ ਉਪਕਾਰੀ ਆਏ ਜਨ ਪਰ ਉਪਕਾਰੀ ਆਏ ਜਨ ਪਰ ਉਪਕਾਰੀ ਆ ਉਹ ਉਪਕਾਰ ਕਰਨ ਵਾਸਤੇ ਆਏ ਤੇ ਸਾਨੂੰ ਹੀ ਚਾਹੀਦਾ ਹੈ ਬਾਬਾ 프리 ਜੀ ਕਹਿੰਦੇ ਸਾਨੂੰ ਹੀ ਚਾਹੀਦਾ ਹੈ ਐਸੇ ਪਰ ਪੁਕਾਰੀਆਂ ਦੀ ਸੰਗਤ करिए ਪਰਮਾਤਮਾ ਅਗੇ ਅਰਦਾਸ करिए ਕਿ ਪ੍ਰਾਇ ਦਰ ਤੇ ਸਾਨੂੰ ਨਾ ਮਿਠਾਈ ਕਿਸੇ ਹੋਰ ਦੇ ਦਰਵਾਜ਼ੇ ਅੱਗੇ ਨਾ ਪੜਾਈ ਤੇ ਜੇ ਤੂੰ ਬਿਠਾਉਣਾ ਏ ਇਹਦੇ ਨਾਲ ਚੰਗਾ ਸਾਡੇ ਸਰੀਰ ਵਿੱਚੋਂ ਪ੍ਰਾਣ ਲੈ ਲੈ ਜਾਨ ਲੈ ਲੈ ਕਿਉਂਕਿ ਜੇ ਤੂੰ ਇਹ ਵੇ ਰਕਸੀ ਜਿਉਓ ਸਰੀਰੋ ਲੈ ਲੈ ਤੇ 니je ਆਪਣੇ ਨਾਮ ਦੇ ਨਾਲ ਜੋੜ ਲੈ ਸਤ ਨਾਮ ਵਾਹਿਗੁਰੂ ਸਤਨਾਮ ਵਾਏ ਗੁਰੂ ਸਤਨਾਮ ਵਾਏ ਗੁਰੂ ਸਤਨਾਮ ਵਾਏ ਗੁਰੂ ਬਸ ਆ ਦਰਵਾਜਾ ਪਰਮਾਤਮਾ ਦਾ ਹੈ ਗੁਰੂ ਪਿਆਰਿਓ ਔਰ ਜਦੋਂ ਇਸ ਦਰਵਾਜੇ ਦੇ ਨਾਲ ਨਾਮ ਦੇ ਨਾਲ ਜੁੜੇ ਰਾਵਾਂਗੇ ਗੁਰੂ ਸਾਡੇ ਤੇ ਕਿਰਪਾ ਕਰੇਗਾ ਗੁਰੂ ਸਾਹਿਬ ਤਰਸ ਖਾਵਗੇ ਤੇ ਸਾਨੂੰ ਕਿਸੇ ਬਗਾਨੇ ਦੇ ਅੱਗੇ ਨਹੀਂ ਸਿੱਟਣਗੇ ਮਾਂ ਬਾਪ ਉਲਾਦ ਚੰਗੀ ਹੋਵੇ ਮਾੜੀ ਹੋਵੇ ਆਪਣੇ ਸੀਨੇ ਨਾਲ ਲਗਾ ਕੇ ਰਖਦੇ ਤੇ ਗੁਰੂ ਪਿਆਰਿਓ ਧੰਨ ਸ਼੍ਰੀ ਗੁਰਗ੍ਰੰਥ ਸਾਹਿਬ ਵੀ ਸਾਨੂੰ ਆਪਣੇ ਸੀਨੇ ਨਾਲ ਲਗਾ ਕੇ ਰੱਖਣਗੇ ਪਰ ਅਸੀਂ ਕਹਿ ਦਈਏ ਸਤਿਗੁਰੂ ਅਸੀਂ ਤੇਰੇ ਜੋਗੇ ਤੇ ਜਦੋਂ ਅਸੀਂ ਕਹਾਂਗੇ ਸਤਿਗੁਰੂ ਅਸੀਂ ਤੇਰੇ ਜੋਗੇ ਧੰਨ ਸ਼੍ਰੀ ਗੁਰਗ੍ਰੰਥ ਸਾਹਿਬ ਕਹਿਣਗੇ ਤੁਸੀਂ ਮੇਰੇ ਜੋਗੇ ਤੇ ਮੇਰੇ ਪੁੱਤਰੋਂ ਮੈਂ ਤੁਹਾਡੇ ਜੋਗਾ ਬਸ ਇੰਨੀ ਇੱਕ ਗੱਲ ਹੈ ਸਤਿਗੁਰੂ ਕਿਰਪਾ ਕਰਨ ਹੋਈਆ ਬੋਲਾਂ ਦੀ ਮਾਫੀ ਅੱਗੇ ਤੋਂ ਬਾਣੀ ਸੋਧ ਸਪਸ਼ਟ ਪੜ੍ਹਨ ਦੀ ਸਮਰੱਥਾ ਆਓ ਗੱਜ-ਵੱਜ ਕੇ ਗੁਰੂ ਵਾਲੇ ਬਣ ਕੇ ਗੁਰੂ ਜੋਗੇ ਬਣ ਜਾਈਏ ਤਾਂ ਕਿ ਗੁਰੂ ਸਾਡੇ ਜੋਗਾ ਬਣ ਜੇ ਤੇ ਗੱਜ-ਵੱਜ ਕੇ ਫਤੇ ਬੁਲਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ